ਤੇ ਭਾਈ ਸਰੂਪ ਸਿੰਘ ਜੀ ਕਹਿੰਦੇ ਮੈਂ ਮਹਾਂਪੁਰਸ਼ਾਂ ਨੂੰ ਉੱਥੇ ਛੱਡ ਕੇ ਆ ਗਿਆ ਤੇ ਆਪਣੇ ਪਿੰਡ ਕੋਈ ਕੰਮ ਹੋਣਾ ਕੰਮ ਆ ਗਿਆ ਤੇ ਜਦੋਂ ਮੈਂ ਵਾਪਸ ਗਿਆ ਤੇ ਜਾ ਕਰਕੇ ਕਹਿੰਦੇ ਵੀ ਮੈਂ ਆਪਣੀਆਂ ਮਾਮੀਆਂ ਨੂੰ ਪੁੱਛਿਆ ਵੀ ਬਾਬਾ ਜੀ ਕਿੱਥੇ ਆ ਤੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਬਾਬਾ ਜੀ ਉਹ ਖੇਤਾਂ ਵੱਲ ਨੂੰ ਗਏ ਆ ਅਸਲ ਤੇ ਉਹ ਪਰਿਵਾਰ ਦੇ ਜਿਹੜੇ ਬੰਦੇ ਸੀ ਨਾ ਮਰਦ ਉਹ ਕਿਤੇ ਕੰਮ ਕਾਰ ਜਾਂ ਖੇਤਾਂ ਦੇ ਵਿੱਚ ਝੋਨੇ ਵਿੱਚ ਜਾਂ ਕਣਕ ਜੋ ਵੀ ਮੌਸਮ ਸੀ ਉੱਥੇ ਜਾ ਕੇ ਨਦੀਨ ਕੱਢ ਰਹੇ ਸੀ ਤੇ ਬੀਬੀਆਂ ਘਰ ਦਾ ਕੰਮ ਕਰ ਰਹੀਆਂ ਸੀ ਮੱਝਾਂ ਸੀ ਕਿਤੇ ਧੁੱਪੇ ਤੇ ਬਾਬਾ ਜੀ ਨੇ ਖਾਲਸਾ ਜੀ ਉਹ ਜਾ ਕਰਕੇ ਪੱਠੇ ਵੱਢੇ ਇਧਰ ਨੂੰ ਬਾਬਾ ਸਰੂਪ ਸਿੰਘ ਜੀ ਪਹੁੰਚ ਗਏ ਭਾਈ ਸਰੂਪ ਸਿੰਘ ਜੀ ਬਥੇਰੀ ਦਾਤੀ ਖੋਣ ਦਾ ਯਤਨ ਕੀਤਾ ਬਾਬਾ ਜੀ ਕਹਿੰਦਾ ਨਹੀਂ ਨਹੀਂ ਪੱਠੇ ਮੈਂ ਵੱਢਣੇ ਤੂੰ ਇਸ ਤਰ੍ਹਾਂ ਕਰ ਛੇਤੀ ਛੇਤੀ ਨਾ ਪਾ ਕੇ ਪੱਲੀ 'ਚ ਤੇ ਪੰਡਾ ਬੰਨ ਕੇ ਚੁੱਕੀ ਚੱਲ ਮੈਂ ਪੱਠੇ ਵੱਢ ਦੇਣਾ ਚਾਰ ਪੰਜ ਪੰਡਾਂ ਵੱਢੀਆਂ ਲਿਆ ਕਰਕੇ ਘਰ ਕਹਿੰਦੇ ਸਰੂਪ ਸਿੰਘ ਪਹਿਲਾਂ ਆਪਾਂ ਕੁਤਰਨੇ ਆ ਪਾਉਣੇ ਆ ਮੱਝਾਂ ਨਵਾਉਣੀਆਂ ਪਾਣੀ ਡਾਉਣਾ ਤੇ ਫਿਰ ਪ੍ਰਸ਼ਾਦਾ ਛਕਣਾ ਇਸ ਤਰ੍ਹਾਂ ਦਾ ਜੀਵਨ ਹੈ ਤੋ ਖਾਲਸਾ ਜੀ ਉਹ ਆਪ ਤਿਆਗ ਸਗਲ ਰਹਿਣਕ ਹੈ ਉਹ ਆਪਣਾ ਆਪ ਉਹਨਾਂ ਨੇ ਤਿਆਗਾ ਹੁੰਦਾ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ ਤੇ ਸਮਰੱਥਾ ਦਾ ਉਹਨਾਂ ਦਾ ਪਤਾ ਹੀ ਕੋਈ ਨਹੀਂ ਕਿ ਕਿੰਨੀ ਕੁ ਉਹਨਾਂ 'ਚ ਸਮਰੱਥਾ ਹੁੰਦੀ ਅਸਲ ਤੇ ਗੁਰੂ ਮਹਾਰਾਜ ਜੀ ਨੇ ਸਾਰੀ ਸਮਰੱਥਾ ਉਹਨਾਂ ਨੂੰ ਦਿੱਤੀ ਹੁੰਦੀ ਕਿ ਵੀ ਤੁਹਾਨੂੰ ਆ ਦਿੱਤੀ ਜਿੰਨੀ ਮਰਜ਼ੀ ਵਰਤ ਲਓ